ਵੀ ਗੁਰਦਾਸਪੁਰ ਦੇ ਪੁਲਿਸ ਨੇ ਇੱਕ ਕਬਾੜੀਏ ਸਮੇਤ ਸਨੈਚਿੰਗ ਅਤੇ ਚੋਰੀ ਕਰਨ ਵਾਲੇ ਗਰੋਹ ਦੇ 4 ਮੈਂਬਰਾਂ ਨੂੰ ਕੀਤਾ ਗ੍ਰਿਫਤਾਰ। ਚੋਰਾਂ ਵੱਲੋਂ ਚੋਰੀ ਕੀਤਾ ਸਮਾਨ ਵੀ ਕੀਤਾ ਗਿਆ, ਬਰਾਮਦ ਕੀਤੀ ਜਾ ਰਹੀ ਹੈ ਅਗਲੀ ਜਾਂਚ। ਇਸ ਸੰਬੰਧੀ ਜਾਣਕਾਰੀ ਦਿੰਦਿਆਂ DSP ਗੁਰਦਾਸਪੁਰ ਸੁਖਪਾਲ ਸਿੰਘ ਨੇ ਦੱਸਿਆ ਕਿ ਗੁਰਦਾਸਪੁਰ ਸ਼ਹਿਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਦੇ ਲਈ ਚੋਰਾਂ ਅਤੇ ਚੋਰਾਂ ਨੂੰ ਨਕੇਲ ਪਾਉਣ ਦੇ ਲਈ ਲਗਾਤਾਰ ਛਾਪੇਮਾਰੀ ਤੇ ਨਾਕੇਬੰਦੀ ਕੀਤੀ ਗਈ ਹੈ, जिस तहत गुरदासपुर विच एक लोहा चोरी करने वाले चोर नू गिरफ्तार किया गया, जिसकी निशानदेही ते एक कबाड़िया ते दो होर चोरां नू गिरफ्तार किया गया है। रिपोर्ट जन कल्याण टीवी, पत्रकार जसविंदर बेदी, गुरदासपुर। सर रजीत सिंह, IPS SSP गुरदासपुर जी के दिशा निर्देशों मुताबिक जिहड़े भैड़े अंसरां दे खिलाफ जिहड़ी मुहिम चलाई गई है साडे वल्लों, पिछले कुछ समय तो कंप्लेंट्स मिल रही सी भी इलाके दे विच जिहड़ियां चोरियां ते स्नैचिंग्स वगैरह हो रही ने, उहदे संबंध दे विच SHO सिटी ਅਤੇ ਇਹਨਾਂ ਦੀ ਟੀਮ ਨੇ ਮਿਲ ਕੇ ਜਿਹੜਾ ਵਾ ਆਪਣੇ ਖੁਫੀਆ ਸੋਰਸਿਸ ਦੇ ਉਹਨਾਂ ਖੁਫੀਆ ਸੋਰਸ ਐਕਟਿਵ ਕਰਕੇ ਤੇ ਇੱਕ ਸਾਜਨ ਸਨ ਆਫ ਮਨੋਹਰ ਲਾਲ RO ਨੰਗਲਕੋਟਲੀ ਇਹਨੂੰ ਜਿਹੜਾ ਅਰੈਸਟ ਕੀਤਾ, ਔਰ ਇਹਦੇ ਕੋਲੋਂ ਇੱਕ ਈ ਰਿਕਸ਼ਾ, ਇੱਕ ਜਿਹੜਾ ਹੈਗਾ ਵਾ ਆਪਣਾ ਇਲੈਕਟ੍ਰਿਕ ਜਿਹੜਾ ਮੀਟਰ ਹੈ ਉਹ, ਐਂਡ ਇਹ ਲੋਹੇ ਦੀਆਂ ਗ੍ਰਿਲਾਂ ਵਗੈਰਾ ਚੋਰੀ ਕਰਦੇ ਨੇ ਉਹ ਰਿਕਵਰ ਕੀਤੀਆਂ ਨੇ। ਔਰ ਇਹਦੇ ਇਨਕਸ਼ਾਫ 'ਤੇ ਇਹਨੇ ਅੱਗੇ ਹੋਰ ਜਿਹੜੇ ਬੰਦੇ ਜਿਹੜੇ ਨੋਮੀਨੇਟ ਕੀਤੇ, ਸੁਖਵਿੰਦਰ ਸਿੰਘ ਇਲੀਅਸ ਮਿੱਠੂ, ਦਲਵੀਰ ਸਿੰਘ, ਸ਼ਹਿਜਾਦਾ ਨੰਗਲ ਦਾ, ਗੁਰਪ੍ਰੀਤ ਸਿੰਘ ਗੋਪੀ, ਉਹ ਐਟ ਲਾਰਜ ਹੈ, ਉਹਨੂੰ ਹਜੇ ਫੜਨਾ ਬਾਕੀ ਹੈ। ਤੀਰਥ ਰਾਮ ਸਨ ਆਫ ਅਸ਼ੋਕ ਕੁਮਾਰ, ਇਹ ਹੈਗਾ ਸੰਗਲਪੁਰੇ ਰੋਡ ਦਾ, ਅਤੇ ਇੱਕ ਅਜੇ ਕੁਮਾਰ ਜਿਹੜਾ ਇੱਕ ਕਬਾੜੀਆ ਵਾ ਜਿਹਨੂੰ ਇਹ ਸਾਰਾ ਜਿਹੜਾ ਚੋਰੀ ਸ਼ੁਦਾ ਸਮਾਨ ਜਿਹੜਾ ਵੇਚਦੇ ਰਹੇ ਆ, ਉਹਨਾਂ ਸਾਰਿਆਂ ਨੂੰ ਅਰੈਸਟ ਕੀਤਾ ਗਿਆ। ਇਹਨਾਂ ਦੇ ਕੋਲੋਂ ਵੱਖ ਵੱਖ ਕੋਈ ਟੋਟਲ 3-4 ਕੁਇੰਟਲ ਦੇ ਕਰੀਬ ਲੋਹਾ, ਇੱਕ ਇਲੈਕਟ੍ਰਿਕ ਮੀਟਰ ਅਤੇ ਇੱਕ ਈ ਰਿਕਸ਼ਾ ਜਿਹੜਾ ਹੁਣ ਤੱਕ ਬਰਾਮਦ ਕੀਤਾ ਗਿਆ। ਅੱਗੇ ਹੋਰ ਵੀ ਇਹਨਾਂ ਕੋਲ ਪੁੱਛਗਿੱਛ ਜਾਰੀ ਹੈ, ਹੋਰ ਵੀ ਜਿਹੜੇ ਨੇ। ਔਰ ਇਸ ਤੋਂ ਇਲਾਵਾ ਜਿਹੜਾ ਹੈ, ਸਾਜਨ ਨੇ ਇਨਕਸ਼ਾਫ ਕੀਤਾ ਹੈ ਵੀ ਜਿਹੜਾ ਗੁਰਪ੍ਰੀਤ ਅਤੇ ਸਾਜਨ ਨੇ ਰਲ ਕੇ ਜਿਹੜਾ ਹੈਗਾ, ਇਹਨਾਂ ਨੇ 7 ਜਿਹੜੇ ਮੋਟਰਸਾਈਕਲ ਚੋਰੀ ਕੀਤੇ ਹੈ, ਜਿਹਦੇ ਬਾਰੇ ਕਿ ਉਹਨਾਂ ਦੇ ਵੇਚਣ ਬਾਰੇ ਗੁਰਪ੍ਰੀਤ ਨੂੰ ਪਤਾ ਹੈ, ਉਹਦੀ ਅਰੈਸਟ ਤੋਂ ਬਾਅਦ ਜਿਹੜਾ ਪਤਾ ਲੱਗੇਗਾ। ਇਹਨਾਂ ਕੋਲ ਹੋਰ ਵੀ ਬਰੀਕੀ 'ਤੇ ਜਿਹੜੀ ਹੈ ਪੁੱਛਗਿੱਛ ਕੀਤੀ ਜਾ ਰਹੀ ਹੈ, ਹੋਰ ਵੀ ਜਿਹੜੇ ਆ ਕੇਸਿਸ ਟਰੇਸ ਹੋਣ ਦੀ ਆਸ ਹੈ। ਇਹਦੇ ਵਿੱਚ 4 ਜਿਹੜੇ ਮੈਂਬਰ ਨੇ ਅਸੀਂ ਹੁਣ ਤੱਕ ਜਿਹੜੇ ਫੜ ਲਏ ਆ, ਨੇਮਲੀ ਤੁਹਾਨੂੰ ਮੈਂ ਦੱਸ ਚੁੱਕਾ ਹੁਣੇ, ਜਿਸ 'ਚ ਸਾਜਨ, ਆਪਣਾ ਸੁਖਵਿੰਦਰ, ਤੀਰਥ ਅਤੇ ਅਜੇ, ਇਹ 4 ਜਿਹੜੇ ਆ ਉਹ ਫੜ ਲਏ ਗਏ ਆ, ਅਤੇ ਗੁਰਪ੍ਰੀਤ ਗੋਪੀ ਜਿਹੜਾ ਵਾ ਉਹ ਹਜੇ ਫੜਨਾ ਬਾਕੀ ਹੈ। ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਤੇ ਨਾਲ ਹੀ ਬੈਲ ਆਈਕਨ ਵੀ ਆਨ ਕਰ ਦਿਓ, ਤਾਂ ਕਿ ਜਦੋਂ ਵੀ ਅਸੀਂ ਨਵੀਂ ਤੋਂ ਨਵੀਂ ਕੋਈ ਨਿਊਜ਼ ਅਪਲੋਡ ਕਰੀਏ ਤਾਂ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ TV।